ਮੈਨੂੰ ਸਾਹਮਣੀ ਨੇ ਕਿਹਾ ਹੈ ਕਿ ਤੂੰ ਜੀ ਮੇਰੀ ਅਰਜੀ ਵੀ ਹੈ ਤੇ ਸਾਹਮਣੀ ਵੀ ਹੈ ਉਹਨੇ ਮੈਨੂੰ ਕਿਹਾ ਕਿ ਤੂੰ ਆ ਸਾਨੂੰ ਆਲੂ ਤੇ ਸ਼ਿਮਲਾ ਮਿਰਚਾਂ ਦਾ ਸਾਲਣ ਬਣਾ ਕੇ ਖਿਲਾ ਕੇ ਲੈਸਨ ਤੇ ਅਦਰਕ ਮੈਂ ਕਿਹਾ ਇਹਨੂੰ ਚਲੋ ਪਹਿਲੇ ਕੁੱਟ ਲੈਂਦੀ ਹਾਂ ਸਾਡੇ ਕੋਲ ਫਿਰ ਲੱਕੜ ਵਾਲਾ ਚੱਪੂ ਹੈ ਤੇ ਇੱਥੇ ਦੀ ਅਸਟੀ ਵੀ ਲਾ ਤੇ ਜੀ ਆਹ ਦੇਖ ਲਓ ਜੀ ਮੇਰੀ ਜਿਵੇਂ ਕਿ ਪਿਆਸ ਲਾਲ ਹੁੰਦੇ ਨੇ ਤੇ ਫਿਰ ਆਪਾਂ ਜੀ ਬਾਕੀ ਚੀਜ਼ਾਂ ਪਾਉਂਦੇ ਹਾਂ दो चम्मच मिर्चा दे फिर आप सुक जाएगा फिर अंडा पावे इतना पानी पा दिता है ना फिर आप अंडा पा दे चमचा भी दुते चिका नदीक ਅੱਲਾ ਸੋਹਣਾ ਕਰਮ ਕਰਸੀ ਕੋਈ ਸਾਨੂੰ ਵੀ ਅੱਲਾ ਦੇ ਦੇਗਾ ਅਸੀਂ ਵੀ ਕਿਸੇ ਖਾਤੇ ਲੱਗ ਜਾਵਾਂਗੇ ਅੱਲਾ ਸੋਹਣਾ ਕਰਮ ਕਰਸੀ ਮੈਂ ਕਿਹਾ ਚਲੋ ਸ਼ਾਮ ਅਸਾਂ ਜਾਣਾ ਹੈਗਿਆ ਤੇ ਉੱਥੇ ਜਾ ਕੇ ਮੈਂ ਜਿਹੜੇ ਦੋ ਬੱਚਿਆਂ ਨੂੰ ਸੂਟ ਪਹਿਨੇ ਮੈਂ ਤੁਹਾਨੂੰ ਚੱਲ ਕੇ ਖਾਣਾ ਜੀ ਆਪਣੇ